ਰਮਨਜੀਤ ਰੋਮੀ ਨਾਭਾ ਜੇਲ੍ਹ ਨੂੰ ਤੋੜਨ ਦਾ ਜਿਹੜਾ ਮਾਸਟਰ ਮਾਈਂਡ ਸੀਗਾ, ਉਹ ਕਹਿੰਦੇ ਕਿ ਉੱਧਰੋਂ ਡਿਪੋਰਟ ਹੋ ਗਿਆ, ਇੱਧਰ ਵਾਲੇ ਲੱਭਦੇ ਫਿਰਦੇ ਸੀ। ਕੀ ਪੂਰਾ ਮਸਲਾ ਹੈ, ਕਿੱਧਰੋਂ ਡਿਪੋਰਟ ਹੋ ਗਿਆ, ਕਿੱਧਰ ਨੂੰ ਆ ਰਿਹਾ ਹੁਣ? ਨਹੀਂ ਸਾਹਿਬ, ਜੇ ਡਿਪੋਰਟ ਹੋ ਗਿਆ ਤਾਂ ਇੰਡੀਆ ਹੀ ਆਏਗਾ, ਕਿਉਂਕਿ ਜੇ ਇੰਡੀਆ ਦਾ ਵਾਂਟਡ ਹੈ ਲੱਭਦੇ ਫਿਰਦੇ ਸੀ ਉਹਨਾਂ ਤੱਕ ਪਹੁੰਚ ਜਾਣਾ। ਨਹੀਂ ਨਹੀਂ ਉਹ ਤਾਂ ਫੜ ਲਿਆ ਉਹਨਾਂ ਨੇ ਜਹਾਜ਼ ਦੇ ਵਿੱਚੋਂ। ਆ ਤਸਵੀਰ ਦੇਖੋ ਨਾ ਜੀ, ਜਹਾਜ਼ ਦੇ ਵਿੱਚੋਂ ਤਸਵੀਰ ਆ, ਤੇ ਉਹ ਜਿਹੜਾ ਬਰਾੜ ਹੈ ਉਹ ਤਾਂ ਡੀਐਸਪੀ ਬਣ ਗਿਆ ਇੰਸਪੈਕਟਰ, ਉਹ ਨਾਲ ਬੈਠਾ ਹੋਇਆ ਕੋਟ ਪਾ ਕੇ। ਉਹ ਤੇ ਇਦਾਂ ਬੈਠੇ ਨੇ ਜਿੱਦਾਂ ਤਿੰਨੇ ਜਾਣੇ ਜਿੱਦਾਂ ਕਿਤੇ ਜੰਜ ਤੋਂ ਆਏ ਹੁੰਦੇ ਆ, ਪਤੇ ਚੱਲੇ ਜੀ ਸਾਹਿਬ। ਤਾਂ ਗੱਲ ਇਹ ਆ ਕਿ ਹੁਣ ਦੇਖੋ, ਰੋਮੀ ਜਿਹੜਾ ਸੀਗਾ ਨਾ, ਬੇਸਿਕਲੀ ਕੁਛ ਜਿਹੜੇ ਕਹਿ ਲਓ ਕਿ ਕਈ ਵਾਰ ਰਿਪੋਰਟ ਕਰਨ ਵਾਲੇ ਆ ਜਾਂ ਕਹਿ ਲਓ ਵਿਸ਼ਲੇਸ਼ਕ ਹੈਗੇ ਆ, ਉਹ ਥੋੜ੍ਹਾ ਜਿਹਾ ਨਾ ਦੁਬਿਧਾ 'ਚ ਪੈ ਜਾਂਦੇ, ਰੰਮੀ ਮਿਸ਼ਾਣਾ ਰੋਮੀ ਜੀ। ਅਸਲ ਦੇ ਵਿੱਚ ਦੋਨੇ ਕਜ਼ਨ ਬ੍ਰਦਰ ਲੱਗਦੇ ਨੇ। ਮਿਸ਼ਾਣਾ ਪਿੰਡ ਹੈ ਜਦੋਂ ਡੱਬ ਵਾਲੀ ਤੋਂ ਜੀ ਬਿਲਕੁਲ ਆਪਾਂ ਬਠਿੰਡੇ ਨੂੰ ਜਾਣਦੇ ਹਾਂ। ਤਾਂ ਇਹ ਉਹ ਲੋਕ ਨੇ ਜਦੋਂ ਆਪਣੇ ਇੱਥੇ ਗੈਂਗਸਟਰਵਾਦ ਪਸ ਰਿਹਾ, ਖਾਸ ਤੌਰ 'ਤੇ 2007 ਤੋਂ ਬਾਅਦ ਇੱਕ ਵੱਖਰਾ ਦੌਰ ਚੱਲਦਾ, ਕਦੇ ਉਹਦੇ 'ਤੇ ਫਿਰ ਆ ਜਾਵਾਂਗੇ ਕਿ ਇਸ ਕਾਲਖੰਡ ਨੂੰ ਵੀ ਅਸੀਂ ਵੱਖ ਵੱਖ ਕਹਿ ਲਓ ਵਰਗਾਂ 'ਚ ਵੰਡ ਸਕਦੇ ਹਾਂ, ਜੋ ਕਾਲਖੰਡ ਗੈਂਗਸਟਰਵਾਦ ਦਾ ਹੈ। ਇਹਦੇ 'ਤੇ ਮੈਂ ਅੱਗੇ ਬਹੁਤ ਵਾਰੀ ਗੱਲ ਕਰ ਚੁੱਕਾ ਵਾਂ। ਤਾਂ ਇਹ ਜਿਹੜਾ ਦੌਰ ਸੀਗਾ 2007, ਖਾਸ ਤੌਰ 'ਤੇ ਰੌਕੀ ਦੀ ਰਿਹਾਈ ਤੋਂ ਬਾਅਦ ਜੀ, ਇਹ ਉਸ ਵੇਲੇ ਦੇ ਬੰਦੇ ਨੇ ਜਿਹੜੇ ਸ਼ੁਰੂਆਤੀ ਦੌਰ 'ਚ ਗੈਂਗਿਜ਼ਮ 'ਚ ਪੈਰ ਧਰਦੇ ਆ ਜੀ। ਪਿੰਡ 'ਤੇ ਸ਼ਾਇਦ ਇਹਦਾ ਪਿੰਡਰਾ ਹੈ, ਪਿੰਡਰਾ ਖੁਰਦ ਆ ਜੀ। ਇਹਦੇ ਜਿਹੜੇ ਪੇਰੈਂਟਸ ਸੀਗੇ ਉਹ ਮਤਲਬ ਕਿ ਜੰਮਿਆ ਇੱਧਰ ਦਾ ਹੈ ਅਤੇ ਉੱਧਰ ਜਾ ਕੇ ਸੈਟਲਡ ਹੋ ਗਏ ਸਨ ਜੀ ਜੀ, ਇਹਦੇ ਜਨਮ ਤੋਂ ਬਾਅਦ। ਬੇਸਿਕਲੀ ਹਾਂਗਕਾਂਗ ਦੇ ਵਿੱਚ ਕੰਮਕਾਰ ਕਰਦਾ ਸੀਗਾ ਨਾ ਸਾਰਾ ਪਰਿਵਾਰ, ਅਤੇ ਤਾਂ ਹੀ ਜੇ ਤੁਸੀਂ ਦੇਖੋਗੇ ਕਈ ਥਾਵਾਂ 'ਤੇ ਇਹਦਾ ਨਾਂ ਰੰਮੀ ਹਾਂਗਕਾਂਗ ਵੀ ਲਿਖਿਆ ਹੁੰਦਾ ਹੈ ਜੀ, ਰੋਮੀ ਹਾਂਗਕਾਂਗ ਰੋਮੀ। ਤਾਂ ਰੋਮੀ ਰੰਮੀ ਕਰਕੇ ਨਾ ਥੋੜ੍ਹਾ ਉਹ ਕਨਫਿਊਜ਼ਨ ਜੀ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਜੀ। ਦਰਅਸਲ ਕੀ ਹੋਇਆ ਸੀਗਾ, ਰੋਮੀ ਨੂੰ ਪੁਲਿਸ ਨੇ ਫੜ ਲਿਆ ਸੀਗਾ 2016 ਦੇ ਆਸ ਪਾਸ ਜੀ, ਜੇਲ੍ਹ 'ਚ ਰਿਹਾ ਹੈ। ਉਸ ਤੋਂ ਬਾਅਦ ਰੋਮੀ ਨੇ ਕੀ ਕੀਤਾ ਕਿ ਜੇਲ੍ਹ 'ਚੋਂ ਜ਼ਮਾਨਤ ਹਾਸਲ ਕਰਕੇ ਇਸ ਦੇਸ਼ ਨੂੰ ਛੱਡ ਦਿੱਤਾ ਜੀ। ਉਸ ਵੇਲੇ ਇਹ ਜਾਂਚ ਕਿਸੇ ਨੇ ਕੀਤੀ ਨਹੀਂ ਕਿ ਜਿਹੜਾ ਬੰਦਾ ਹਾਂਗਕਾਂਗ ਦਾ ਵਸਨੀਕ ਹੈ, ਰਹਿਣ ਵਾਲਾ ਹੈ ਜਾਂ ਉਹਦਾ ਟੱਬਰ ਉੱਧਰ ਰਹਿੰਦਾ ਆ ਜੀ, ਬਈ ਉਹ ਬੰਦਾ ਜੇ ਫੜਿਆ ਗਿਆ ਕਿਸੇ ਵੱਡੇ ਕ੍ਰਾਈਮ 'ਚ ਜਾਂ ਗਰੋਹਬਾਜ਼ੀ 'ਚ, ਤਾਂ ਤੁਸੀਂ ਉਹਦਾ ਪਾਸਪੋਰਟ ਜ਼ਬਤ ਕਿਉਂ ਨਹੀਂ ਕੀਤਾ? ਜੇ ਜ਼ਬਤ ਕੀਤਾ ਸੀ ਉਹਨੂੰ ਦਿੱਤਾ ਕਿਸ ਨੇ? ਸਹੀ ਗੱਲ ਹੈ, ਸਵਾਲ ਹੈ, ਕਿਸੇ ਨੇ ਕੋਈ ਉਦੋਂ ਪੜਤਾਲ ਨਾ ਕੀਤੀ ਅਤੇ ਰੋਮੀ ਇੱਥੋਂ ਨਿਕਲ ਗਿਆ ਜੀ। ਜਦ ਨਿਕਲ ਗਿਆ ਤਾਂ ਉਹਨੇ ਉੱਧਰ ਜਾ ਕੇ, ਕਿਉਂਕਿ ਇਹ ਪੁਰਾਣੇ ਸਮੇਂ ਦੇ ਜਿਹੜੇ ਸਿੱਖ ਹੋ ਰਹੀ ਸੀ, ਸ਼ਾਇਦ ਤੁਸੀਂ ਅੱਜ ਦੇ ਦੌਰ 'ਚ ਨਾ ਇਹ ਨਾਮ ਸੁਣੇ ਹੋ, ਇਹ ਸਾਰੇ ਮਤਲਬ ਕਿ ਇੱਕ ਦੂਜੇ ਨਾਲ ਜੁੜੇ ਹੋਏ ਸਨ, ਵਿੱਕੀ ਗੌਂਡਰ ਹੋਇਆ ਅਤੇ ਇਹ ਸਾਰੇ ਜੁੜੇ ਹੋਏ ਸੀ ਆਪਸ ਦੇ ਵਿੱਚ। ਫਿਰ ਉੱਥੇ ਜਾ ਕੇ ਜੋ ਇਹਨਾਂ ਨੂੰ ਚਾਹੀਦਾ ਸੀਗਾ, ਭਜਾਏ ਤਾਂ ਦੇਖੋ ਇੱਥੇ ਜਿਹੜੇ ਆਏ ਸੀਗੇ ਪੁਲਿਸ ਬਣ ਕੇ ਜਾਂ ਬੰਦਾ ਜਮ੍ਹਾਂ ਕਰਾਉਣ ਆਏ ਸੀਗੇ ਜੀ, ਉਹਨਾਂ ਨੇ ਤੋੜੀ ਜੇਲ੍ਹ ਜੀ। ਪਰ ਹੁਣ ਜੇਲ੍ਹ ਤੋੜਨ ਵਾਸਤੇ ਤੁਹਾਨੂੰ ਅਸਲਾ ਚਾਹੀਦਾ, ਗੱਡੀਆਂ ਚਾਹੀਦੀਆਂ, ਪਲਾਨ ਚਾਹੀਦਾ, ਹਰੇਕ ਚੀਜ਼ 'ਤੇ ਪੈਸਾ ਚਾਹੀਦਾ ਸਰ ਜੀ। ਪੈਸੇ ਤੋਂ ਬਗੈਰ ਪਲਾਨ ਤਾਂ ਹੈਗਾ ਹੀ ਹੈਗਾ, ਪਲਾਨ ਤਾਂ ਮੇਰੇ ਵਰਗਾ ਖੁੰਡ 'ਤੇ ਬੈਠਾ ਵੀ ਛੱਤੀ ਦੇ ਦੂਗਾ ਤੁਹਾਨੂੰ ਵੀ ਆਹ ਕਰ ਲਾ ਯਾਰ, ਆਪ ਭਾਵੇਂ ਉਹ ਨਖਿਦ ਹੋਵੇ ਜੀ ਤਾਂ ਉਹ ਤੁਹਾਨੂੰ ਸਲਾਹ ਦੇ ਦੇਗਾ ਕਿ ਆਹ ਖੋਲ ਲੈ ਯਾਰ, ਆਹ ਮੁਰਗੀ ਖਾਨਾ ਖੋਲ ਲਾ ਚੱਲਦਾ, ਪਰ ਪੈਸੇ ਜ਼ਰੂਰੀ ਹੈ। ਤਾਂ ਗੱਲ ਇਹ ਆ ਕਿ
ਫਿਰ ਉਹ ਸਾਹਿਬ ਇੱਥੋਂ ਜਦੋਂ ਪੈਸਾ ਆਇਆ ਹਾਂਗਕਾਂਗ ਜੀ ਬਾਹਰੋਂ, ਇਹਨਾਂ ਨੇ ਇਸ ਕਾਰਵਾਈ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ। ਅੱਗੇ ਦੀ ਕਹਾਣੀ ਤੁਹਾਨੂੰ ਪਤਾ ਹੈ, ਦੱਸਣ ਦੀ ਜ਼ਰੂਰਤ ਨਹੀਂ ਜੀ, ਕਿ ਯਾਨੀ ਇੰਡੀਆ ਦੀਆਂ ਜਿੰਨੀਆਂ ਜੇਲ੍ਹ ਬ੍ਰੇਕਸ ਹੋਈਆਂ ਨੇ ਅੱਜ ਤੱਕ ਜੀ ਜੀ, ਉਹਨਾਂ ਦੇ ਵਿੱਚ ਇਹ ਇੱਕ ਵਿਲੱਖਣ ਘਟਨਾ ਸੀਗੀ, ਸ਼ਰੇਆਮ ਚਿੱਟੇ ਦਿਨ ਜਿਸ ਤਰ੍ਹਾਂ ਹੋਇਆ। ਉਹ ਤੋਂ ਬਾਅਦ ਇਹ ਜਿਹੜਾ ਰੋਮੀ ਸੀਗਾ ਵਾਂਟਡ ਹੋ ਗਿਆ ਜੀ, ਓਬਵੀਅਸ ਹੈ ਕਿ ਪਹਿਲੇ ਕੇਸ 'ਚ ਵੀ ਭੱਜਾ ਸੀ, ਹਾਂਜੀ ਹਾਂਜੀ, ਉੱਤੋਂ ਇਹਦੇ 'ਚ ਵੀ ਨੋਮੀਨੇਟ ਹੋ ਗਿਆ, ਨਾਮਜ਼ਦ ਹੋ ਗਿਆ। ਬਿਲਕੁਲ, ਪੁਲਿਸ ਨੇ ਇਹਦੇ ਖਿਲਾਫ਼ ਸ਼ਾਇਦ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ ਸੀ, ਉਦੋਂ ਗੁਰਮੀਤ ਸਿੰਘ ਚੌਹਾਨ ਹੁੰਦੇ ਸਨ ਜੀ, ਕਿਉਂਕਿ ਅਸੀਂ ਇਹਨਾਂ ਖ਼ਬਰਾਂ 'ਤੇ ਕੰਮ ਕੀਤਾ ਤਾਂ ਕਰਕੇ ਉਹ ਚੀਜ਼ਾਂ ਜੈਲ ਦੇ ਵਿੱਚ ਅੜੀਆਂ ਹੁੰਦੀਆਂ ਨੇ। ਅੱਛਾ, ਪਰ ਹੁੰਦਾ ਕੀ ਆ ਕਿ ਰੋਮੀ ਉੱਧਰ ਜਾ ਕੇ 18 ਦੀ ਗੱਲ ਹੈ, ਫਰਵਰੀ 18 ਦੀ ਗੱਲ ਆ, ਰੋਮੀ ਹੋਰਾਂ ਨੇ 2 ਸੂਟਕੇਸ ਲਿਜਾ ਰਹੇ ਸੀ ਕਿ 4-5 ਬੰਦੇ, ਇਹਨਾਂ ਨੇ ਉਹਨਾਂ ਨੂੰ ਲੁੱਟ ਲਿਆ ਹਾਂਗਕਾਂਗ 'ਚ ਜੀ। ਹਾਂਗਕਾਂਗ 'ਚ ਰੋਬਰੀ ਕੀਤੀ, 33 ਮਿਲੀਅਨ ਹਾਂਗਕਾਂਗ ਡਾਲਰ ਦੀ, ਜਿਹੜੀ ਕਿ ਹਾਂਗਕਾਂਗ ਤੋਂ ਕੋਈ ਸੱਜਣ ਦੇਖ ਰਿਹਾ ਤੇ ਉਹ ਦੱਸੇਗਾ ਕਿ ਇੰਡੀਆ ਦੇ ਸ਼ਾਇਦ 30-35 ਕਰੋੜ ਬਣ ਜਾਏਗਾ। ਕਿਆ ਬਾਤ! ਇਹ 3 ਉਸੇ ਦਿਨ ਹੀ ਫੜੇ ਗਏ, 5 ਜਣੇ ਸੀ ਸ਼ਾਇਦ ਜੀ, ਤਾਂ 2 ਬਾਅਦ 'ਚ ਫੜੇ ਗਏ। ਉਹ ਤੋਂ ਬਾਅਦ ਇਹ ਖੁਲਾਸਾ ਹੋਇਆ ਕਿ ਰੋਮੀ ਹੋਰਾਂ ਨੇ 3 ਮਿਲੀਅਨ ਦੀ ਪਹਿਲਾਂ ਵੀ ਇਸੇ ਤਰ੍ਹਾਂ ਡਕੈਤੀ ਕੀਤੀ ਜੀ, ਯਾਨੀ ਕਈ ਕੇਸਾਂ 'ਚ ਨਾਮ ਟੋਟਲ ਜੇ ਤੁਸੀਂ ਦੇਖੋਗੇ ਤੇ ਉਹ 36 ਮਿਲੀਅਨ ਹਾਂਗਕਾਂਗ ਡਾਲਰ ਦੀ 2 ਵੱਖ ਵੱਖ ਕੇਸਾਂ ਦੀ ਡਕੈਤੀ ਹੋ ਗਈ ਜੀ। ਫਿਰ ਜੇਲ੍ਹ 'ਚ ਪਾ ਦਿੱਤਾ ਗਿਆ, ਬੜੀ ਉੱਥੇ ਇਹਦੀ ਹਾਈ ਸਿਕਿਉਰਿਟੀ ਸੀਗੀ, ਜਿਵੇਂ ਆਮ ਤੌਰ 'ਤੇ ਉੱਥੇ ਕੈਦੀਆਂ ਦੇ ਨਾਲ ਸਿਕਿਉਰਿਟੀ ਹੁੰਦੀ ਹੈ, ਇਸ ਤਰ੍ਹਾਂ ਦੀ ਨਹੀਂ, ਜ਼ਿਆਦਾ ਸਖ਼ਤ ਸੀ, ਕਿਉਂਕਿ ਇੰਡੀਆ ਨੇ ਫਿਰ ਨਾਲ ਦੀ ਨਾਲ ਹੀ ਇਹਦੀ ਹਵਾਲਗੀ ਲੈਣ ਵਾਸਤੇ ਪ੍ਰਕਿਰਿਆ ਆਰੰਭ ਦਿੱਤੀ ਜੀ। ਰੋਮੀ ਉਸ ਤੋਂ ਬਾਅਦ, ਕਿਉਂਕਿ ਉਹਦੇ ਕੋਲ ਆਪਸ਼ਨ ਸਨ, ਉਹਦਾ ਪਰਿਵਾਰ ਉੱਥੇ ਸੀ, ਇਹ ਆਪ ਮਤਲਬ ਕਿ ਭੇਤੀ ਸੀ ਉੱਥੋਂ ਦੇ ਕਾਨੂੰਨ ਦਾ ਜੀ, ਰੋਮੀ ਨੇ ਇੰਡੀਅਨ ਹਵਾਲਗੀ ਦੇ ਖਿਲਾਫ਼ ਅਪੀਲ ਪਾਈ ਸੀ, ਜਿਹੜੀ ਕਿ ਸ਼ਾਇਦ 23 ਦੇ ਵਿੱਚ ਖਾਰਜ ਹੋ ਗਏ ਸੀ ਜੀ। ਤੁਹਾਨੂੰ ਯਾਦ ਹੋਏਗਾ ਕਿ ਇੱਕ ਹੋਮ ਮਿਨਿਸਟਰੀ ਨੇ ਲਿਸਟ ਵੀ ਜਾਰੀ ਕੀਤੀ ਸੀ ਕਿ ਜਿਹੜੇ ਏ ਕੈਟਾਗਰੀ ਦੇ ਬੰਦੇ ਵਾਂਟਡ ਨੇ ਉਹ ਇੱਥੋਂ ਭੱਜ ਕੇ ਬਾਹਰਲੇ ਮੁਲਕਾਂ 'ਚ ਚਲੇ ਗਏ, ਤਾਂ ਉਹਦੇ 'ਚ 5ਵੇਂ ਨੰਬਰ 'ਤੇ ਨਾਂ ਰੋਮੀ ਦਾ ਸੀ ਜੀ। ਤਾਂ ਗੱਲ ਇਹ ਆ ਕਿ ਜਦੋਂ ਫਿਰ ਉਹਨਾਂ ਦੀ ਕੋਰਟ ਨੇ ਇਹ ਰੱਦ ਕਰ ਦਿੱਤਾ, ਅਪੀਲ ਵੀ ਰੱਦ ਹੋ ਗਈ, ਤਾਂ ਫਿਰ ਇੱਕ ਰਸਤਾ ਖੁੱਲ੍ਹ ਗਿਆ ਸੀਗਾ। ਪਰ ਕਿਉਂਕਿ ਆਪਾਂ ਉਦਨ ਵੀ ਹਵਾਲਗੀ ਦਾ ਜ਼ਿਕਰ ਕਰ ਰਹੇ ਸੀਗੇ ਕਿ ਇੱਕ ਲੰਮੀ ਚੌੜੀ ਪ੍ਰਕਿਰਿਆ ਹੁੰਦੀ ਆ, ਤਾਂ ਤੁਸੀਂ ਹਿਸਾਬ ਲਾ ਲਓ ਕਿ ਅਪੀਲ ਖਾਰਜ ਹੋਣ ਤੋਂ ਬਾਅਦ ਵੀ ਲਗਭਗ 4.25 ਸਾਲ ਦਾ ਸਮਾਂ ਜਿਹੜਾ ਉਹ ਲੱਗ ਗਿਆ। ਸੋ ਰੋਮੀ ਆਖਰ ਕਹਿ ਲਓ ਕਿ ਰਵਾਨਾ ਹੋ ਗਿਆ ਪੰਜਾਬ ਨੂੰ, ਪਰ ਰਵਾਨਾ ਇਕੱਲਾ ਨਹੀਂ ਹੋਇਆ, ਨਾਲ ਪੁਲਿਸ ਵਾਲੇ ਆ, ਉਹ ਹੁਣ ਜੇਲ੍ਹ ਦੇ ਵਿੱਚ ਤਾਂ ਜਾਏਗਾ, ਪਰ ਉਸ ਤੋਂ ਪਹਿਲਾਂ ਜਹਾਜ਼ ਦਾ ਹੁੰਟਾ ਮਿਲ ਗਿਆ। ਤਾਂ ਤੁਹਾਨੂੰ ਲੱਗ ਰਿਹਾ ਨਾ ਕਿ ਜਿਵੇਂ ਕੋਟ ਛੋਟ ਵਾਲੇ ਬਸ ਇਹੀ 2 ਜਣੇ ਸਾਹਿਬ ਆ ਜਿਹੜੇ ਇਹ ਲੈ ਕੇ ਰੋਮੀ ਨੂੰ ਆ ਜਾਣਗੇ, ਨਹੀਂ ਸਾਹਿਬ, ਜਦੋਂ ਏਅਰਪੋਰਟ 'ਤੇ ਉਤਰਨਗੇ ਉਹ ਪੂਰਾ ਸਿਕਿਉਰਿਟੀ ਵਾਲਾ ਜਿਹੜਾ ਘੇਰਾ ਹੈ ਉਹ ਘੱਤ ਲੈਣਗੇ, ਤਾਂ ਉਸੇ ਤਰ੍ਹਾਂ ਹੀ ਲਿਆਉਣਗੇ ਜਿਵੇਂ ਇਸ ਤਰ੍ਹਾਂ ਤੁਸੀਂ ਦੇਖਿਆ ਕਿ ਇਹ ਕੈਟਾਗਰੀ ਦੇ ਜਿਹੜੇ ਇਸ ਤਰ੍ਹਾਂ ਦੇ ਵਾਂਟਡ ਬੰਦੇ ਨੇ ਉਹਨਾਂ ਨੂੰ ਲਿਆਂਦਾ ਜਾਂਦਾ, ਯਾਨੀ ਉਹ ਸਾਰਾ ਤਾਮ ਝਾਮ ਇਹਨਾਂ ਨੇ ਕਰ ਲੈਣਾ ਜੀ। ਜੀ, ਬਲਵੀਰ ਖੇਚਰ ਜੀ ਦੱਸ ਰਹੇ ਕਿ ਪੰਜਾਬ ਪੁਲਿਸ ਦਿੱਲੀ ਪਹੁੰਚ ਗਈ ਹੈ। ਹਾਂ, ਬਸ ਤੁਹਾਨੂੰ ਦੱਸ ਦਿੱਤਾ ਕਿ ਉਹ ਪੰਜਾਬ ਪੁਲਿਸ ਸਾਰਾ ਬੰਦੋਬਸਤ ਕਰ ਲਵੇਗੀ ਨਾ, ਕਿਉਂਕਿ ਇਹਨਾਂ ਦੇ ਗਰੁੱਪ ਵੀ ਹੁੰਦੇ ਆ। ਹਾਂਜੀ, ਕਿ ਘੱਟ ਸਿਕਿਉਰਿਟੀ 'ਚ ਕੋਈ ਅਟੈਕ ਦੀ ਵੀ ਤਾਂ ਰਹਿੰਦੀ ਆ ਨਾ, ਕਿ ਸੰਭਾਵਨਾ ਅਟੈਕ ਨਾ ਹੋ ਜਾਵੇ ਜੀ। ਗੁਰਦਾਸ ਸਿੰਘ ਜੀ ਮਿੰਟੂ ਜੀ ਤੁਹਾਡੇ ਵਾਸਤੇ ਇੱਕ ਮੈਸੇਜ ਦੇ ਰਹੇ ਨੇ, ਕਹਿੰਦੇ ਕਿ ਕਬਰ ਵਾਲਾ ਸਰਾਵਾਂ ਬੋਤਲਾਂ ਦੇ ਰਕਬੇ ਦੀ ਨਿਲਾਮੀ ਹੋ ਰਹੀ ਹੈ,
ਨਹੀਂ ਸਾਹਿਬ, ਨਿਲਾਮੀ ਨਹੀਂ ਹੋ ਰਹੀ ਜੀ, ਇਹਨਾਂ ਨੇ ਨਿਲਾਮੀ ਰੱਖਿਆ ਉਸ ਰਕਬੇ ਦਾ ਨਹੀਂ, ਜਿਹੜਾ ਉਹ ਪ੍ਰੋਜੈਕਟ ਹੈ, ਪੋਟਾਸ਼ ਦਾ ਪ੍ਰੋਜੈਕਟ ਹੈ। ਮੈਂ ਉਹਦੇ 'ਤੇ ਬਾ ਤਫਸੀਲ ਆਪਦੇ ਪੇਜ 'ਤੇ ਪਾਇਆ ਹੋਇਆ, ਡਾਕੂਮੈਂਟ ਵੀ ਪਾਇਆ, ਤੁਸੀਂ ਉੱਥੇ ਜਾ ਕੇ ਪੜ੍ਹ ਸਕਦੇ ਹੋ ਜੀ। ਜੋ ਲਿਸਟਡ ਹੋ ਗਿਆ ਉਹ ਜਿਹੜਾ ਏਰੀਆ ਸਾਹਿਬ ਜੀ। ਅਮਰਪਾਲ ਸਿੰਘ ਜੀ ਕਹਿ ਰਹੇ ਨੇ ਕਿ ਸਲਾਹ ਦੇਣ 'ਚ ਕਿਹੜਾ ਕੋਈ ਪੈਸਾ ਲੱਗਦਾ, ਵੈਸੇ ਵੀ ਪੰਜਾਬੀ ਬਿਨਾਂ ਮੰਗੀ ਸਲਾਹ ਦੇਣ 'ਚ ਆਪਣਾ ਹੱਕ ਰੱਖਦੇ। ਸਲਾਹ ਵੀ ਬਹੁਤ ਦਿੰਦੇ ਹਾਂ ਅਸੀਂ, ਦਵਾ ਵੀ ਬਹੁਤ ਦਿੰਦੇ ਹਾਂ। ਆਪ ਜਿੱਦਾਂ ਮਰਜ਼ੀ ਰੋਗੀ ਹੋਵੇ, ਤੁਸੀਂ ਕਹੋ ਕਿ ਮੈਨੂੰ ਜ਼ੁਕਾਮ ਲੱਗਾ, ਉਹਨੇ ਤੁਹਾਨੂੰ 36 ਦਵਾਈਆਂ ਦੱਸ ਦੇਣੀਆਂ ਕਿ ਇਹਦੇ ਨਾਲ 5 ਮਿੰਟਾਂ 'ਚ ਤੇਰਾ ਜ਼ੁਕਾਮ ਠੀਕ ਹੋ ਜਾਣਾ। ਆਪ ਭਾਵੇਂ ਉਹਨੂੰ ਸਾਲ 'ਚ 9 ਮਹੀਨੇ ਜ਼ੁਕਾਮ ਹੀ ਲਗਾ ਰਿਹਾ। ਸਹੀ ਗੱਲ ਹੈ, ਸਹੀ ਗੱਲ ਜੀ। ਗੁਰਪ੍ਰੀਤ ਸਿੰਘ ਜੀ ਕਹਿ ਰਹੇ ਨੇ ਕਿ ਅੱਜ ਦੇ ਟਾਈਮ 'ਚ ਬਹੁਤ ਘੱਟ ਪੱਤਰਕਾਰ ਨੇ ਜੋ ਨੈਚੁਰਲ ਰਹਿ ਕੇ ਗੱਲ ਕਰਦੇ ਨੇ। ਬਹੁਤ ਬਹੁਤ ਧੰਨਵਾਦ ਮਿੰਟੂ ਜੀ, ਤੁਹਾਡਾ ਕੈਨੇਡਾ ਤੋਂ ਦੇਖ ਰਹੇ ਨੇ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਸਤਨਾਮ ਪਾਲੀਆ ਜੀ ਕਹਿ ਰਹੇ ਨੇ ਕਿ ਇੱਕ ਦੇ ਨੇੜੇ ਤੇੜੇ ਆ 1K ਦੇ ਭਰਾਵੋ, ਕੇ ਦਾ ਮਤਲਬ ਤੁਹਾਨੂੰ ਪਤਾ ਹੀ ਹੈ ਹੁਣ, ਕੀ ਕਹੀਏ ਵਾਰੀ ਵਾਰੀ, ਤੁਸੀਂ ਸਭ ਜਾਣੋ ਬਸ ਕੇ ਕੋਈ ਗੱਲ ਨਹੀਂ ਸਾਹਿਬ, ਕੋਈ ਗੱਲ ਨਹੀਂ ਹੈ। ਇਹ ਇੱਕ ਤਰ੍ਹਾਂ ਨਾਲ ਹੁਣ ਆਪਣਾ ਤੁਸੀਂ ਨਾ ਉਹ ਮੀਲ ਪੱਥਰ ਜਿਹਾ ਬਣਾ ਲਿਆ ਕਿ ਯਾਰ ਜੇ ਹਾਂ ਜੀ ਵੀ 1K ਤੇ ਪਹੁੰਚ ਗਏ ਤੇ ਆਪਣਾ ਪ੍ਰੋ, ਐਸਾ ਕੁਛ ਨਹੀਂ ਹੈ। ਚਲੋ ਕੋਈ ਗੱਲ ਨਹੀਂ ਹੈ, ਕਿਉਂਕਿ ਹਰੇਕ ਦਿਨ ਸਰ, ਹਰੇਕ ਦਿਨ ਸਰ ਇੱਦਾਂ ਦਾ ਹੁੰਦਾ ਕਿ ਉਹਦੇ 'ਚ ਖਬਰ ਜੀ ਕਿਸ ਤਰ੍ਹਾਂ ਦੀ ਬ੍ਰੇਕ ਹੋ ਰਹੀ ਹੈ, ਨਾਲ ਤੁਹਾਡੇ ਬਰਾਬਰ ਕਿਸ ਤਰ੍ਹਾਂ ਦੀ ਕੋਈ ਘਟਨਾ ਚੱਲ ਰਹੀ ਹੈ। ਬਿਲਕੁਲ, ਉਸ ਦਿਨ ਕੋਈ ਵੱਡਾ ਈਵੈਂਟ ਤਾਂ ਨਹੀਂ, ਹਰੇਕ ਦਿਨ ਦਾ ਇਹ ਕਮਰਸ਼ਲੀ ਜੇ ਸੋਚੋਗੇ ਤਾਂ ਬਹੁਤ ਚੀਜ਼ਾਂ ਮੈਟਰ ਕਰਦੀਆਂ ਨੇ ਸਾਹਿਬ ਜੀ। ਜੀ ਜੀ